बस एक फिर बात रिक्वेस्ट आ, ये मेरा मैसेज जरूर दे दो सारे फ्रेंड पे फेसबुक पर जो भी है भी जेड़ा फेसबुक पर यहोजे कमेंट करते पे आ भी देखो ये कमेंट चंगे नहीं होंगे किसी पर भी चीज़ वापर सकती है अज मेरे से वापरी है किसी भी वापर सकती है इस घर से वापरी है किसी होर भी वापर सकती है बंद कर दो ये फेसबुक से बंद कर दो ये सारा कुछ मार दो जब जो मेरा भरा आज मैं कोई दिक्कत नहीं मैं बिल्कुल एक मेरी गल सुनोगे मैं कलंक पै चुका पुत्र तुम सारा कुछ मैं कहो मैं सुनूंगा मैं मरूंगा मैं मार भी दो थप्पड़ मारो मेरे मुंह के उ पवेलियन मॉल में बर्थडे पार्टी के दौरान झगड़ रहे दो युवकों को छुड़ाने गए कांग्रेस नेता मंजीत अड्डे की हत्या कर दी गई थी। इसके बाद आज जब परमिंदर सिंह पप्पू मृतक के घर उनसे दुख साझा करने पहुंचे तो परिवार के रोष की लहर परमिंदर सिंह पर टूट पड़ी। साथ परमिंदर सिंह लोगों से गुजारिश करता रहा कि वे सोशल मीडिया पर कमेंट न डाले। आप भी सुने खुद परमिंदर सिंह पप्पू की जुबानी कि उस दिन क्या हुआ था। मेरे ना दो बंदे जेडे मैं बुलाए सी जगदीप ते बिंदी एक नाल उहनां दे होर बंदा आया सी ਮੈਨੂੰ ਪਹਿਲਾਂ ਵੀ ਉਹ ਕਹਿੰਦੇ ਸੀ ਵੀ ਆਪਾਂ ਬਹਿਣਾ ਬਹਿਣਾ ਆਪਾਂ 10 ਮਿੰਟ ਬਹਿਣਾ ਜੀ ਉਸ ਤੋਂ ਬਾਅਦ ਮੈਂ ਕਿਹਾ ਚੱਲ ਯਾਰ ਮੈਂ ਪਾਰਟੀ ਰੱਖੀ ਤੁਸੀਂ ਉੱਥੇ ਆ ਜਾਓ ਜੀ ਵੀ ਚੱਲ ਆ ਜਾਓ ਪਾਰਟੀ 'ਤੇ ਆ ਜਾਓ ਤੂੰ ਬਹਿਣਾ ਆਪਾਂ ਉੱਥੇ ਵੀ ਬਹਿਣਾ ਮੈਂ ਕਿਹਾ ਚੱਲ ਆ ਜਾਓ ਤੁਹਾਨੂੰ ਪਾਰਟੀ ਦਿਖਾਉਣਾ ਸਾਰਾ ਕੁਝ ਨਿਬੜ ਗਿਆ ਵਧੀਆ ਸਾਰਾ ਕੁਝ ਹੋ ਗਿਆ ਰੋਟੀ ਖਾਣ ਲੱਗੇ ਸੀ ਅਤੇ ਬੇਟਾ ਮੇਰਾ ਨਾ ਬੇਟਾ ਉਹਨਾਂ ਦੇ ਕੋਲ ਖੜ ਗਿਆ ਬੇਟੇ ਨੂੰ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਇਹਨੂੰ ਸਮਝਾਓ ਥੋੜ੍ਹਾ ਜਿਹਾ ਮੇਰਾ ਸਾਥ ਦੇ ਦੇਵੇ ਮੈਂ ਇਕੱਲਾ ਦਫ਼ਤਰ 'ਚ ਜਾਂਦਾ ਮੇਰੇ ਨੂੰ ਸਮਝਾਓ ਉਹ ਦੋਨੇ ਮੁੰਡੇ ਉਹਨਾਂ ਨੂੰ ਸਮਝਾਉਣ ਲੱਗ ਪਏ ਦੋਨੇ ਮੁੰਡੇ ਉਹਨਾਂ ਨੂੰ ਸਮਝਾਉਣ ਲੱਗ ਪਏ ਜਦ ਨੂੰ ਮੇਰਾ ਜਵਾਈ ਆ ਗਿਆ ਜਵਾਈ ਨੂੰ ਜਵਾਈ ਕਹਿੰਦਾ ਯਾਰ ਤੂੰ ਬਬਲੂ ਦੋਨਾਂ ਕਿਉਂ ਮੈਂ ਮੇਰੇ ਬੇਟੇ ਨੂੰ ਵੀ ਤੂੰ ਇੱਧਰ ਆ ਜਾ ਅਤੇ ਉਹ ਜਵਾਈ ਦੇ ਮਗਰ ਪੈ ਗਿਆ ਜਿਹੜਾ ਬਿੰਦੀ ਬਿੰਦੀ ਆ ਉਹ ਕੌਣ ਆ ਤੂੰ ਇਹ ਵਿੱਚ ਸਾਡੇ ਆ ਗਿਆ ਮੈਂ ਕਿਹਾ ਯਾਰ ਮੇਰਾ ਜਵਾਈ ਆ ਯਾਰ ਤੁਸੀਂ ਬੋਲਦੇ ਕਿਵੇਂ ਉਹ ਨਾਲ ਹੀ ਨਾ ਉਹਨੂੰ ਪੈਰੀ ਹੱਥ ਲਾਉਣ ਲੱਗ ਪਏ ਉਹਨੂੰ ਜੱਫੀ ਪਾ ਲਈ ਜਦ ਨੂੰ ਮਨਜੀਤ ਆ ਗਿਆ ਜਦ ਨੂੰ ਮਨਜੀਤ ਆਇਆ ਮਨਜੀਤ ਨੇ ਨਾ ਬਬਲੂ ਨੂੰ ਫੜਿਆ ਵੀ ਬਬਲੂ ਚੱਲ ਚੱਲੀਏ ਹੁਣ ਉਹ ਮਨਜੀਤ ਦੇ ਮਗਰ ਵੀ ਪੈ ਗਏ ਕਹਿੰਦੇ ਯਾਰ ਤੂੰ ਆਪਣਾ ਇਹ ਮੁੰਡੇ ਨੂੰ ਕਿਉਂ ਇੱਧਰ ਲਈ ਜਾਂਦਾ ਮੈਂ ਕਿਹਾ ਯਾਰ ਮੇਰਾ ਭਰਾ ਵਾ ਮਨਜੀਤ ਫਿਰ ਕੀ ਹੋਇਆ ਮੈਂ ਕਿਹਾ ਜੇ ਲੈ ਕੇ ਜਾ ਰਿਹਾ ਤਾਂ ਕੋਈ ਗੱਲ ਨਹੀਂ ਮੈਂ ਬੈਠਾ ਤੁਹਾਡੇ ਕੋਲ ਹੈਂ ਬਸ ਉਸ ਤੋਂ ਬਾਅਦ ਉਹਨੇ ਦੋ ਵਾਰੀ ਕੀਤਾ ਇੱਕ ਮੁੰਡਾ ਆ ਗਿਆ ਰਿੱਕੀ ਇੱਥੇ ਦਾ ਆਪਣਾ ਭਾਮੀਆਂ ਦਾ ਰਿੱਕੀ ਆ ਗਿਆ ਉਹਨੇ ਪਤਾ ਨਹੀਂ ਬਿੰਦੀ ਦੇ ਹੱਥ ਲੱਗਾ ਕਿ ਨਹੀਂ ਲੱਗਾ ਉਹਦੇ ਹੱਥ ਉਹਨੇ ਨਾ ਉਹ ਤੂੰ ਸਾਨੂੰ ਹੱਥ ਲਾਉਣ ਵਾਲਾ ਕੌਣ ਉਹਨਾਂ ਤੂੰ ਹੱਥ ਲਾਉਣ ਨਾਲ ਹੀ ਨਾ ਉਹਨੇ ਉਹਦੇ ਧੱਪਾ ਮਾਰਤਾ ਉਹਦੇ ਰਿੱਕੀ ਦੇ ਰਿੱਕੀ ਨੂੰ ਇੱਥੋਂ ਫੜ ਲਿਆ ਗਲੇ ਤੋਂ ਮੈਂ ਕਿਹਾ ਬਿੰਦੀ ਮੈਂ ਕੀ ਕਰਦਾ ਪਿਆ ਸਾਡੇ ਨੂੰ ਉਹਨੂੰ ਛੜਾਤਾ ਉਹਨੂੰ ਛੜਾ ਕੇ ਮੈਂ ਭੇਜਤਾ ਜਦੋਂ ਉਹਨੂੰ ਛੜਾ ਕੇ ਭੇਜਿਆ ਜਗਦੀਪ ਨੇ ਪਿੱਛੋਂ ਮਨਜੀਤ ਦੇ ਥੱਪੜ ਲਾਤਾ ਮੈਂ ਕਿਹਾ ਯਾਰ ਆਹ ਕੀ ਕੀਤਾ ਜਗਦੀਪ ਤੁਸੀਂ ਹੈ ਜਦੋਂ ਮਨਜੀਤ ਨੂੰ ਮੈਂ ਕਿਹਾ ਮਨਜੀਤ ਤੂੰ ਜਾਓ ਫਟਾਫਟ ਉੱਧਰ ਨੂੰ ਨਿਕਲ ਉਹਨੇ ਨਾ ਕੁਰਸੀ ਚੱਕੀ ਬਿੰਦੀ ਨੇ ਮਨਜੀਤ ਦੇ ਮਾਲਕ ਮੱਜੇ ਦੀ ਖੋਲੀ ਕੁਰਸੀ ਖੋਲੀ ਮੈਂ ਕਿਹਾ ਕੁਰਸੀ ਖੋਲਾ ਅਤੇ ਮੈਂ ਕਿਹਾ ਮਨਜੀਤ ਤੂੰ ਜਾ ਚੱਲ ਜਾ ਇੱਥੇ ਕਲੇਸ਼ ਵੱਧ ਜਾਣਾ ਮੈਂ ਇਹਨੂੰ ਮਨਜੀਤ ਨੂੰ ਭੇਜਤਾ ਮਨਜੀਤ ਨੇ ਜਾ ਕੇ ਨਾ ਉੱਥੇ ਮੇਰੇ ਭਰਾਵਾਂ ਨਾਲ ਮੇਰੀ ਵਾਈਫ ਸਾਰੇ ਖੜੇ ਸੀ ਕਹਿੰਦੇ ਯਾਰ ਮੇਰੀ ਤਾਂ ਬੇਇੱਜ਼ਤੀ ਕਰਦੀ ਉਹਦੇ ਥੱਪੜ ਮਾਰਤਾ ਮੇਰੇ ਭਰਾ ਉੱਠ ਕੇ ਮੇਰੀ ਵਾਈਫ ਕਹਿੰਦੀ ਚੱਲ ਕਿਹੜਾ ਕੁੱਤਾ ਤੈਨੂੰ ਥੱਪੜ ਮਾਰਿਆ ਜਦੋਂ ਇਹ ਆਉਣ ਲੱਗੇ ਅਸੀਂ ਬਾਹਰ ਸੀ ਮੈਂ ਜਦੀ ਨਾ ਬਾਹਰ ਜੋ ਮੈਂ ਕਿਹਾ ਤਾਂ ਕਲੇਸ਼ ਵਾਜੂ ਇਹ ਆ ਗਏ ਅਤੇ ਮੈਂ ਜਦੀ ਉਹਨਾਂ ਦੇ ਕੋਲ ਚਲਾ ਗਿਆ ਮੈਂ ਉਹਨਾਂ ਨੂੰ ਰੋਕਿਆ ਮਨਜੀਤ ਹੋਰਾਂ ਨੂੰ ਉਹਦੇ ਰਿੰਪੀ ਸਿੰਪੀ ਵੀ ਸੀ ਉਹ ਵੀ ਕਹਿੰਦਾ ਗਾਲ ਕੱਢਣ ਵਾਲਾ ਕੌਣ ਹੁੰਦਾ ਮੇਰੇ ਭਰਾ ਵੀ ਕਹਿੰਦੇ ਗਾਲ ਕੱਢਾ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਆਪਾਂ ਸਵੇਰੇ ਇਹਨਾਂ ਨਾਲ ਗੱਲ ਕਰ ਲਾਂਗੇ ਵੀ ਤੁਸੀਂ ਹੁਣ ਨਾ ਜਾਓ ਝਗੜਾ ਹੋ ਜੂਗਾ ਉਹ ਸਾਰੇ ਮੇਰੇ ਆ ਕੇ ਪਿੱਛੇ ਖੜੇ ਹੋ ਗਏ ਕਿਹੜਾ ਸਾਨੂੰ ਗਾਲ ਕੱਢੂ ਕਿਹੜਾ ਕੀ ਉਹ ਮੈਂ ਕਿਹਾ ਬਿੰਦੀ ਨਾ ਕਰ ਪੁੱਤ ਨਾ ਲੜੋ ਨਾ ਤੁਸੀਂ ਲੜੋ ਨਾ ਜੱਫਾ ਪਾ ਕੇ ਮੈਂ ਉਹਨੂੰ ਪਾ ਲੈ ਗਿਆ ਉਹਨਾਂ ਨੇ ਪਤਾ ਹੀ ਨਹੀਂ ਜਦੋਂ ਨਾ ਇੱਕ ਬਿੰਦੀ ਨੇ ਥੱਪੜ ਕੱਢ ਮਾਰਿਆ ਜਗਦੀਪ ਨੇ ਪਿੱਛੋਂ ਆਣ ਕੇ ਥੱਪੜ ਕੱਢ ਮਾਰਿਆ ਉਹਦੇ ਬਸ ਉੱਥੋਂ ਹੀ ਥੱਪੜੇ ਥੁੱਪੜੇ ਸ਼ੁਰੂ ਹੋ ਗਏ ਸ਼ੁਰੂ ਹੁੰਦੇ ਹੀ ਥੱਪੜੇ ਥੁੱਪੜੇ ਨਾਲ ਹੀ ਭਾ ਪੈ ਗਏ ਜਦੋਂ ਉਹਨਾਂ ਨੇ ਰਿਵਾਲਵਰ ਕੱਢੀ ਐਂ ਸ਼ੂਟ ਕਰਦੇ ਫਟਾਫਟ ਚਲ ਗਏ ਜਾਂਦੇ ਜਾਂਦੇ ਉੱਧਰ ਕਾ ਕੰਮ ਹੋ ਗਿਆ ਜਦੇ ਹੀ ਨਹੀਂ ਜੀ ਉਹਨਾਂ ਕੋਲ ਪਹਿਲਾਂ ਹੀ ਸੀਗੇ ਦੋ ਜਾਣੇ ਕੋਲ ਉਹ ਤੀਜਾ ਪਤਾ ਨਹੀਂ ਬੰਦੇ ਦਾ ਕਹਿੰਦੇ ਪਏ ਸੀ ਤੀਜਾ ਪਤਾ ਨਹੀਂ ਕੌਣ ਸੀ ਉਹਨਾਂ ਦੇ ਨਾਲ ਇੱਕ ਮੁੰਡਾ ਉਹ ਸੀ ਜਿਹੜਾ ਉਹਨਾਂ ਦੇ ਫੇਸਬੁੱਕ 'ਤੇ ਪਾਉਂਦਾ ਟੰਡੇ ਦੇ ਗੋਲੀ ਇਹ ਬਿੰਦੀ ਜਾਂ ਜਗਦੀਪ ਦੀ ਇਹਨਾਂ ਦੇ ਦੋਨਾਂ 'ਚੋਂ ਇੱਕ ਗੋਲੀ ਲੱਗੀ ਮੇਰੇ ਹਿਸਾਬ ਨਾਲ ਜਗਦੀਪ ਦੀ ਗੋਲੀ ਲੱਗੀ ਅੱਛਾ ਹਾਂ ਉਹ ਜਾਂਦੇ ਜਾਂਦੇ ਉੱਧਰ ਨੂੰ ਨਿਕਲਿਆ ਜਦੋਂ ਮਨਜੀਤ ਡਿੱਗਿਆ ਇਹ ਵੀ ਡਿੱਗਿਆ ਜਗਦੀਪ ਜਾਂਦੇ ਜਾਂਦੇ ਹਾਂ ਮੈਂ ਤੁਹਾਨੂੰ ਦੱਸਦਾ ਮੇਰੇ ਕੋਲ ਨਾ ਮੈਂ ਇਹਨਾਂ ਕੋਲ ਜ਼ਮੀਨ ਲਿੱਤਾ ਸੀ ਅੱਧਾ ਕਿੱਲਾ ਪਹਿਲਾਂ ਕਾਫੀ ਟਾਈਮ ਪਹਿਲਾਂ ਠੀਕ ਹੈ ਨਾ ਜੀ ਉਹ ਜ਼ਮੀਨ ਦੇ ਵਿੱਚ ਸਿਲਸਿਲੇ ਦੇ ਵਿੱਚ ਨਾ ਇਹ ਕਈ ਵਾਰੀ ਆਉਂਦੇ ਸੀ ਥੋੜ੍ਹੀ ਬਹੁਤੀ ਪੇਮੈਂਟ ਦਾ ਸੀਗਾ ਸਾਡਾ ਪਰ ਕਦੀ ਇਹੋ ਜਿਹੀ ਗੱਲ ਹੀ ਨਹੀਂ ਹੋਈ ਉਹਨਾਂ ਨੇ ਨਾ ਮੈਨੂੰ ਕਦੇ ਤੰਗ ਕੀਤਾ ਨਾ ਕਦੀ ਕੋਈ ਉਹਨਾਂ ਨਾਲ ਗੱਲ ਕੀਤੀ ਮੇਰੇ ਨਾਲ ਮੈਨੂੰ ਇਹ ਕਹਿੰਦਾ ਯਾਰ ਆਪਾਂ ਤੇਰਾ ਦਫ਼ਤਰ ਬਹੁਤ ਸੋਹਣਾ ਆਪਾਂ 10 ਮਿੰਟ ਬਹਿਣਾ ਤੇਰੇ ਦਫ਼ਤਰ ਦੇ ਵਿੱਚ ਵੀ ਕਦੀ ਪੈਕਚਰ ਲਾਵਾਂਗੇ ਬਸ ਆਹ ਗੱਲਾਂ ਹੁੰਦੀਆਂ ਮੈਂ ਕਿਹਾ ਚੱਲ ਯਾਰ ਮੇਰੀ ਪਾਰਟੀ ਹੈਗੀ ਆ ਚੱਲ ਉੱਥੇ ਆਪਾਂ ਲਾ ਲਾਂਗੇ ਕੋਈ ਇਹ ਕੁਛ ਵੀ ਨਹੀਂ ਹੈਗਾ ਇੱਕ ਰੁਪਏ ਦਾ ਵੀ ਨਹੀਂ ਹੈਗਾ ਕਿਹਦੇ ਨਾਲ ਬਿਲਕੁਲ ਨਹੀਂ ਇੱਕ ਰੁਪਏ ਦਾ ਵੀ ਨਹੀਂ ਹੈਗਾ ਲੈਣ ਦੇਣ ਉਹਨਾਂ ਨਾਲ ਤਕਰੀਬਨ ਨਿਬੜ ਹੀ ਚੁੱਕਾ ਸੀ 20 ਲੱਖ ਦੇ ਉਹਨੂੰ ਦੋ ਪਲਾਟ ਇੱਕ 8 ਨੰਬਰ ਪਲਾਟ ਬਿੰਦੀ ਨੂੰ ਦੇਤਾ ਸੀ ਇੱਕ ਮੈਂ ਆਪਣਾ ਉਹ ਦੇਤਾ ਸੀਗਾ ਬਸ 15 ਲੱਖ ਦਾ ਹਿਸਾਬ ਸੀ ਉਹ ਮੈਂ ਲਵੇਟ ਦੇਣਾ ਸੀ ਇੱਕ ਅੱਧੇ ਦਿਨ 'ਚ ਉਹਨੇ ਪਲਾਟ ਹੀ ਦੇਣੇ ਸੀ ਪਲਾਟ ਹੀ ਲੈਣੇ ਸੀ ਉਹਨਾਂ ਨੇ ਮੇਰੇ ਤੋਂ ਕੋਈ ਰੋਲਾ ਹੀ ਨਹੀਂ ਹੈਗਾ ਸੀ ਉਹਨਾਂ ਨਾਲ ਨਾ ਕਦੀ ਉਹਨਾਂ ਨੇ ਮੈਨੂੰ ਧਮਕੀ ਦਿੱਤੀ ਨਾ ਕੋਈ ਗੱਲ ਕੀਤੀ ਕਦੀ ਵੀ ਜੇ ਮੈਨੂੰ ਇਹੋ ਜਿਹਾ ਪਤਾ ਮੈਂ ਤਾਂ ਵਰਤਦਾ ਨਹੀਂ ਇਹੋ ਜਿਹੇ ਬੰਦਿਆਂ ਨਾਲ ਕਦੀ ਵੀ ਦੇਖੋ ਮੈਂ ਬਿਲਕੁਲ ਮੈਂ ਦੇਖੋ ਮੈਂ ਜਿਹੜੀ ਵੀ ਗੱਲ ਕਰਦਾ ਬਿਲਕੁਲ ਸੱਚਾਈ ਇੱਕ ਵੀ ਝੂਠ ਹੋਵੇ ਮੈਨੂੰ ਫਾਂਸੀ ਦਿਓ ਸਭ ਤੋਂ ਪਹਿਲਾਂ ਬਸ
मैनू कलंक लगना सी, कलंक लग गया इस घर च, मैं दोषी हो गया इन्हां दा। मैं बिल्कुल नहीं भज्जा, मेरी लड़की लै गई पप्पा तैनू भी गोली मारा चल, मैं कहा नहीं जाना, मैं मनजीत दी गोली लगे मैं लैके जाना। फिर लिफ्ट दे विच वी तुसीं उत्थे सीसी कैमरे देख लो, लिफ्ट दे विच वी मैं उहनूं धक्का दित्ता, मैं कहा तुसीं जाओ मैं नहीं जाना, मैं जाना। मेरी वाइफ ते बेटा मनजीत कोल ही सीगा उस टाइम वी। देखो मैं तां ज़्यादा मैं कह नहीं सकदा, मेरे कलंक लगना सी ਉਹ ਲੱਗ ਚੁੱਕਾ ਹੈਗਾ ਵਾ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਕਿੱਦਾਂ ਧੋਵਾਂ ਜੀ, ਬਸ ਮੈਂ ਤਾਂ ਮੇਰੇ ਤਾਂ ਕਲੰਕ ਲੱਗ ਗਿਆ ਇਸ ਘਰ ਦਾ। ਘਰ ਦੇ ਵਿੱਚ ਕੋਈ ਵੀ ਨਹੀਂ ਹੈਗਾ ਜੀ ਮੇਰੇ, ਇਹਨਾਂ ਨੂੰ ਚੰਗਾ ਤਾਂ ਮੈਨੂੰ ਗੋਲੀ ਵੱਜ ਜਾਂਦੀ, ਮੈਂ ਮਰ ਜਾਂਦਾ, ਉਹ ਬੱਚਾ ਵੱਜ ਜਾਂਦਾ, ਬਸ ਮੇਰੇ ਨਾਲ ਜਾ ਕੇ ਉਹ ਬੋਕਰਾ ਕੇ ਆਇਆ ਸਾਰਾ ਕੁਛ। ਮੈਨੂੰ ਕਦੋਂ ਲੈ ਕੇ ਗਏ ਦੋਨੇ ਮੀਆਂ ਬੀਬੀ, ਮੈਨੂੰ ਕਦੋਂ ਲੈ ਕੇ ਗਏ ਆ ਵੀ ਭਾਅ ਜੀ ਉੱਥੇ ਬੰਦੇ ਆਈ ਜਾਂਦੇ ਹੈਗੇ ਆ ਵੀ ਤੁਸੀਂ ਪਹਿਲਾਂ ਚਲੋ ਜਨਾਨੀਆਂ ਬਾਅਦ 'ਚੋਂ ਆ ਜਾਣਗੇ। ਮੈਂ ਕਿਹਾ ਚੱਲ ਪੁੱਤ ਮੈਂ ਤੇਰਾ, ਮੈਂ ਦੋਨੇ ਪੋਤੇ ਆਪਣੇ ਨਾਲ ਲੈ ਕੇ ਗਿਆ ਇਹਨਾਂ ਦੇ ਦੋਨਾਂ ਦੇ। ਨਹੀਂ, ਇਹ ਜੀ ਕੋਈ ਉਹਨਾਂ ਨੇ ਮੇਰੀ ਗੱਲ ਨਹੀਂ ਕੀਤੀ। ਜਦੋਂ ਬੇਟੀ ਨੇ ਜਦੋਂ ਉਹਦੀ ਗੋਲੀ ਲੱਗ ਗਈ ਨਾ ਪੱਟ 'ਤੇ, ਮੈਨੂੰ ਬੇਟੀ ਬਾਹਰ ਲੈ ਗਈ ਸੀਗੀ, ਮੇਰੀ ਵਾਈਫ ਖੁਦ ਉਹਦੇ ਨਾਲ ਭਿੜਦੀ ਗਈ ਆ, ਉਹ ਤਾਂ ਸਬੂਤ ਉੱਥੇ ਹੈਗੇ ਹੀ ਆ ਸਾਰੇ। ਮੈਂ ਕੀ ਮੇਰਾ ਕੀ ਰੋਲ ਸੀ ਉੱਥੇ, ਉਹ ਵੀ ਉੱਥੇ ਸਬੂਤ ਹੈਗੇ ਆ ਸਾਰੇ। ਮੈਂ ਤਾਂ ਇਹ ਹੱਥ ਹੀ ਜੋੜਦਾ ਰਿਹਾ, ਓਏ ਕੰਜਰੋ ਨਾ ਕਰੋ, ਬਿੰਦੀ ਨਾ ਹੋਏ, ਗੋਲੀਆਂ ਨਾ ਚਲਾਓ, ਇਹ ਹੱਥ ਜੋੜ ਕੇ ਵੀ ਲੜਾਈ ਨਾ ਕਰੋ, ਮੈਂ ਤਾਂ ਬਸ ਆਹੀ। ਬਾਅਦ 'ਚੋਂ ਮੇਰੀ ਗੱਲ ਸੁਣੋ, ਕੱਲੀ ਮੈਂ ਸੜਕ 'ਤੇ ਗੱਡੀ ਬੇਟੀ ਨਹੀਂ ਸੀ ਸਾਲਸਾ ਦਾ, ਮੈਂ ਉਹਨੂੰ ਬੇਟੀ ਨੂੰ ਕਿਹਾ ਮੈਂ ਕਿਹਾ ਰਿਸ਼ਤੇਦਾਰ ਚੱਲ ਜਾ, ਮੇਰੀ ਗੱਲ ਸੁਣ। ਮੈਂ ਕਿਹਾ ਜੀ ਮੈਂ ਉੱਥੇ ਜਾ ਕੇ ਮੈਂ ਘਰੋਂ ਜਦੋਂ ਗੱਡੀ ਚੱਕੀ ਆ ਨਾਲ ਹੀ ਮੈਨੂੰ ਸੁਨੇਹਾ ਆ ਗਿਆ, ਮੈਂ ਤਾਂ ਬੋਂਦਲ ਗਿਆ। ਮੈਂ ਕਿਹਾ ਜੀ ਹੋ ਸਕਦਾ ਮੈਂ ਤੁਹਾਨੂੰ ਦੱਸਣ ਤਾਂ ਡਿਆ ਜੀ, ਮੈਂ ਤੁਹਾਨੂੰ ਦੱਸਣ ਤਾਂ ਡਿਆ, ਪਰ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਮੇਰਾ ਭਰਾ ਚੱਲ ਜੂਗਾ, ਮੈਨੂੰ ਇਹ ਵੀ ਨਹੀਂ ਸੀ ਪਤਾ ਜੀ, ਇਹ ਬਿਲਕੁਲ ਸੱਚ ਆ ਜੀ। ਮੈਂ ਕਿਹਾ ਜੀ ਦੁੱਧ ਦੁੱਧ ਪਾਣੀ ਕਰ ਲਓ ਜੀ, ਮੈਂ ਕੋਈ ਫੋਨ ਨਹੀਂ ਸੀ ਬੰਦ ਕੀਤਾ ਆਪਣਾ, ਏ ਸੀ ਵੀ ਨਾ ਰੈਗੂਲਰ ਟੈਸਟ ਸੀਗਾ ਮੈਂ। ਮੈਂ ਕਿਹਾ ਮੈਨੂੰ ਮਾੜਾ ਜਿਹਾ ਹੋਸ਼ ਕਰ ਲਓ, ਮੇਰੇ ਨਾਲ ਬਹੁਤ ਵੱਡੀ ਘਟਨਾ ਵਾਪਰ ਗਈ ਹੈਗੀ ਆ, ਮੈਨੂੰ ਨਹੀਂ ਹੋਸ਼ ਹੈਗੀ, ਮੇਰਾ ਕੁਛ ਨਹੀਂ, ਮੈਨੂੰ ਸਮਝ ਲੱਗਦੀ ਵੀ ਮੈਂ ਤੁਹਾਡੇ ਕੋਲ ਆ ਗਿਆ। ਇਹ ਤਾਂ ਤੁਸੀਂ ਕਰ ਲਓ, ਕੋਈ ਦਿੱਕਤ ਨਹੀਂ, ਮੈਂ ਕਿਤੇ ਭੱਜਦਾ ਨਹੀਂ, ਕੋਈ ਮੇਰਾ ਫੋਨ ਨਹੀਂ ਬੰਦ। ਜੇ ਇਸ ਘਰ ਦਾ ਬੱਚਾ ਮਰ ਗਿਆ ਮੈਂ ਜਿੰਦਾ ਜੀ ਮਰ ਗਿਆ, ਮੈਂ ਇਸ ਘਰ ਦਾ ਦੋਸ਼ੀ ਹਾਂ। ਆਹ ਕੰਮ ਬੰਦ ਕਰ ਦਿਓ, ਸੋਸ਼ਲ ਮੀਡੀਆ 'ਤੇ ਵੀ ਸਾਰੇ ਮੈਂ ਫਰੈਂਡਾਂ ਨੂੰ ਆਪਣਿਆਂ ਨੂੰ ਕਹਾਂਗਾ ਵੀ ਤੁਸੀਂ ਨਾ ਜਿਹੜੇ ਵਾਦੇ ਹੋ ਵਾਰ ਵਾਰ ਇਹ ਚੀਜ਼ਾਂ ਬੰਦ ਕਰ ਦਿਓ ਜੀ, ਬਸ ਤੁਸੀਂ ਮੇਰੇ ਭਰਾ ਵੀ ਹੋ, ਤੁਹਾਨੂੰ ਮੇਰੇ ਬਾਰੇ ਸਾਰਾ ਚਾਨਣਾ। ਮੈਂ ਗਵਾਹ ਹਾਂ ਪਰਿਵਾਰ ਉਸ ਸ਼ਸ਼ਮੀਤ ਗਵਾਹ ਬਣਾ, ਮੈਂ ਡਟ ਕੇ ਮੁਕਾਬਲਾ ਕਰੂੰਗਾ, ਚਾਹੇ ਜਿੰਨੇ ਮਰਜ਼ੀ ਗੁੰਡੇ ਹੋਣ ਉਹ, ਜਾਂ ਸਾਡਾ ਭਰਾ ਮਾਰਤਾ, ਸਾਨੂੰ ਮਾਰਤਾ ਇੱਕ ਕਿਸਮ ਦਾ, ਸਾਰਾ ਮੈਨੂੰ ਮਾਰ ਜਾਂਦੇ, ਉਹਨੂੰ ਪਰਿਵਾਰ ਨੂੰ ਕਿਉਂ ਖਤਮ ਕਰਤਾ। ਮੈਂ ਬਿਲਕੁਲ ਖੜਾ ਵਾਂ, ਡੰਕੇ ਦੀ ਚੋਟ 'ਤੇ ਖੜਾ ਵਾਂ, ਬਸ ਇਹਨਾਂ ਦੇ ਗੈਂਗ ਦੇ ਵਿੱਚ ਸਭ ਤੋਂ ਵੱਡਾ ਲੀਡਰ ਵਕੀਲ ਆ ਕੋਈ, ਜਿਹੜੇ ਇਹ ਗੈਂਗ ਚਲਾਉਂਦੇ ਆ, ਉਹ ਵਕੀਲ ਜਿਹੜਾ ਵਾ ਉਹ 'ਤੇ ਵੀ ਐਕਸ਼ਨ ਲੈਣਾ ਚਾਹੇ ਵੀ ਇਹ ਤੂੰ ਮੁੰਡੇ ਕਿਉਂ ਰੱਖੇ ਇੱਥੇ, ਇਹੋ ਜਿਹੇ ਕਿਉਂ ਇਹੋ ਜਿਹਾ ਕੰਮ ਕਰਾਉਂਦੇ ਹੋ, ਕਬਜ਼ੇ ਕਰਾਉਂਦੇ ਹੋ। ਹਾਂ, ਇਹ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਇਹ ਗੱਲ ਕਰਾਂਗਾ ਵੀ ਇਹਨਾਂ ਦਾ ਪੂਰੀ ਤਹਿਕੀਕਾਤ ਕੀਤੀ ਜਾਵੇ ਵੀ ਕਿੰਨੇ ਕੁ ਮੁੰਡੇ ਇਹਨਾਂ ਨੇ ਰੱਖੇ ਆ, ਇਹੋ ਜਿਹੇ ਕੰਮ ਵਾਸਤੇ ਇੰਨੇ ਕੇਸ ਚੱਲਦੇ, ਇੰਨਾ ਕਰਦੇ ਆ, ਇਹ ਸੱਚਾਈ ਆ। ਮੇਰੇ ਨਾਲ ਮੈਂ 10 ਮਿੰਟ ਇਹਨਾਂ ਨਾਲ ਬਹਿ ਕੇ ਕਿਤੇ ਪੈਗ ਲਾ ਲੈਂਦਾ, ਵਧੀਆ ਹੁੰਦਾ, ਮੈਨੂੰ ਇਹਨਾਂ ਦੀ ਔਕਾਤ ਦਾ ਪਤਾ ਲੱਗ ਜਾਂਦਾ, ਮੈਂ ਨਾ ਬੁਲਾਉਂਦਾ ਆਪਣੀ ਪਾਰਟੀ ਦਾ। ਸਗੋਂ ਇਸ ਪਾਰਟੀ ਦੇ ਵਿੱਚ ਦੂਜੀ ਜਗ੍ਹਾ 'ਤੇ ਅਸੀਂ ਕਰਨ ਲੱਗੇ ਸੀ, ਮੈਂ ਕਹਿੰਦੇ 11 ਵਜੇ ਤੱਕ ਡੀਜੇ ਮਾਨੋ, ਮੈਂ ਕਿਹਾ ਯਾਰ ਬੰਦੇ ਸਾਰੇ ਮਾੜਾ ਮੋਟਾ ਇੰਜੋਏ ਕਰਨਗੇ ਵੀ ਚੱਲ ਦੂਜੇ ਪਾਸੇ, ਕਹਿੰਦੇ ਪਾਪਾ ਵਿਸਕੀ ਚੱਲ ਜਾਓ। ਮੈਂ ਜਦੋਂ ਉੱਥੇ ਦੇਖਿਆ ਕੰਜਰ ਖਾਂਦਾ, ਮੈਂ ਕਿਹਾ ਚਲੋ ਇਸ ਕੰਜਰ ਖਾਨੇ 'ਚ ਮੈਂ ਆਪਣਾ ਪਰਿਵਾਰ ਲੈ ਕੇ ਜਾਊਂ, ਮੈਂ ਕਿਹਾ ਠੀਕ ਆ ਕੋਈ ਗੱਲ ਨਹੀਂ, 10 ਵਜੇ ਬੰਦ ਹੋ ਜਾਵੇ ਮੈਂ ਤਾਂ ਆਪਣਾ ਉੱਥੇ ਹੀ ਕਰਾਂਗਾ। ਦੇਖੋ ਮੇਰੀ ਇੱਕ ਗੱਲ ਸੁਣ ਲਓ, ਪਹਿਲੇ ਨੰਬਰ 'ਤੇ ਮੈਂ ਪੂਰਾ ਇਹਨਾਂ ਦੇ ਨਾਲ ਹਾਂ, ਪੂਰਾ ਗਵਾਹ ਹਾਂ। ਇਹ ਮੈਨੂੰ ਜਿੱਥੇ ਕਹਿਣਗੇ ਮੈਂ ਉੱਥੇ ਜਾਊਂ, ਜੋ ਮੇਰੇ ਦਿਮਾਗ 'ਚ ਹੈਗੀ ਆ, ਇਹਨਾਂ ਦਾ ਵੀ, ਇਹਨਾਂ ਨੂੰ ਵੀ ਚਾਹੀਦਾ ਮੇਰੇ ਨਾਲ ਚੱਲਣ, ਮੈਂ ਕਰਾਂਗਾ ਜੋ ਜੋ ਵੱਧ ਚੜ ਕੇ ਕਰਾਂਗਾ। ਉਹ ਚਾਹੇ ਬਾਹਰ ਚੱਲ ਜਾਵੇ, ਬਾਹਰੋਂ ਬੰਦੇ ਨਹੀਂ ਆਉਂਦੇ, ਬਸ ਫਿਰ ਲਿਆਵਾਂਗੇ ਅਸੀਂ। ਹਾਂ, ਬਸ ਇੱਕ ਫਿਰ ਵੱਧ ਰਿਕੁਐਸਟ ਆ, ਇਹ ਮੇਰਾ ਮੈਸੇਜ ਜ਼ਰੂਰ ਦੇ ਦਿਓ ਸਾਰਿਆਂ ਨੂੰ, ਫਰੈਂਡ ਬੇਸ ਫੇਸਬੁੱਕ 'ਤੇ ਜੋ ਵੀ ਹੈਗਾ, ਵੀ ਜਿਹੜਾ ਫੇਸਬੁੱਕਾਂ 'ਤੇ ਇਹੋ ਜਿਹੇ ਕਮੈਂਟ ਕਰਦੇ ਪਏ ਆ ਵੀ ਦੇਖੋ ਇਹ ਕਮੈਂਟ ਚੰਗੇ ਨਹੀਂ ਹੁੰਦੇ, ਕਿਸੇ 'ਤੇ ਵੀ ਚੀਜ਼ ਵਾਪਰ ਸਕਦੀ ਆ, ਅੱਜ ਮੇਰੇ 'ਤੇ ਵਾਪਰੀ ਆ, ਕਿਸੇ 'ਤੇ ਵੀ ਵਾਪਰ ਸਕਦੀ, ਇਸ ਘਰ 'ਤੇ ਵਾਪਰੀ ਆ, ਕਿਸੇ ਹੋਰ ਵੀ ਵਾਪਰ ਸਕਦੀ ਆ। ਬੰਦ ਕਰ ਦਿਓ ਇਹ ਫੇਸਬੁੱਕ 'ਤੇ, ਬੰਦ ਕਰ ਦਿਓ ਇਹ ਸਾਰਾ ਕੁਛ, ਬਸ ਸਾਰੇ ਕਮੈਂਟ ਕਰਨਗੇ, ਸਾਰੇ ਲਾਂਤਾਂ ਦੇਣਗੇ, ਉਹ ਤਾਂ ਸਹਿਣੀਆਂ ਹੀ ਪੈਣੀਆਂ ਨੇ, ਇੱਦਾਂ ਨਹੀਂ ਕਹਿ ਸਕਦੇ ਕਿ ਹਟ ਜਾਣਗੇ, ਸਾਰੇ ਬੋਲਣਗੇ ਵਾਪਿਸ ਨਹੀਂ ਆਉਣ। ਤੁਸੀਂ ਕਹਿ ਤਾਂ ਤੁਸੀਂ ਦੋਸ਼ੀ ਹੋ, ਬੜੇ ਪਾਪਾ ਨੇ ਵਾਪਿਸ ਤਾਂ ਨਹੀਂ ਆਉਣਾ ਪੁੱਤ, ਮੈਂ ਤੁਸੀਂ ਦੋਸ਼ੀ ਬਣ ਜੂ, ਮੈਨੂੰ ਮਾਰ ਦਿਓ ਜਦੋਂ, ਮੈਨੂੰ ਮਾਰ ਦਿਓ ਜਦੋਂ, ਜੇ ਮੇਰਾ ਭਰਾ ਆਇਆ ਮੈਨੂੰ ਕੋਈ ਦਿੱਕਤ ਨਹੀਂ, ਮੈਂ ਬਿਲਕੁਲ, ਇੱਕ ਮਿੰਟ ਗੱਲ ਸੁਣੋਗੇ, ਮੈਂ ਕਲੰਕ ਪੈ ਚੁੱਕਾ ਪੁੱਤ, ਤੁਸੀਂ ਸਾਰਾ ਕੁਝ ਮੈਨੂੰ ਕਹੋ, ਮੈਂ ਸੁਣੂਗਾ, ਮੈਂ ਮਾਰੂਗਾ, ਮੈਨੂੰ ਮਾਰ ਵੀ ਦੋ, ਥੱਪੜ ਮਾਰੋ ਮੇਰੇ ਮੂੰਹ ਦੇ ਉੱਤੇ, ਮੈਂ ਕੀ ਕਰਾਂ। ਬੜੇ ਪਾਪਾ ਵਾਪਸ ਨਹੀਂ ਆਣਗੇ, ਦੋ ਡੱਬਰ ਰੋਲ ਤੇ ਤੁਸੀਂ, ਦੋ ਡੱਬਰ ਆਪਾਂ ਕਿਤੇ ਕਰਦੇ ਤੁਸੀਂ, ਦੋ ਡੱਬਰ ਸਾਨੂੰ ਵੀ ਪਾਲਦੇ ਸੀਗੇ, ਦੋ ਡੱਬਰ ਰੋਲ ਤੇ ਤੁਸੀਂ। ਇਹ ਰਾਤ ਨਾ 12 ਕੁ ਵਜੇ ਪਾਰਟੀ ਚੱਲ ਰਹੀ ਸੀ ਪਲੇਨੀਅਮ ਮਾਲ ਲੁਧਿਆਣਾ, ਉੱਥੇ ਤੈਸ਼ਬਾਜੀ ਜਾਣ ਕੇ ਬਿੰਦੀ ਨਾਮ ਦੇ ਲੜਕੇ ਨੇ ਮਨਜੀਤ ਸਿੰਘ ਨੂੰ ਸ਼ੂਟ ਕਰਤਾ, ਜਿਹਦੀ ਮੌਕੇ 'ਤੇ ਮੌਤ ਹੋ ਗਈ। ਡੈੱਡ ਬੋਡੀ ਹਸਪਤਾਲ 'ਚ ਡਾਕਟਰਾਂ ਦਾ ਬੋਲਡ ਬਣ ਗਿਆ,
ਇਹਦਾ ਪੋਸਟਮਾਰਟਮ ਕਰਾ ਕੇ। ਇਹ ਗੁਰੂ ਤੇਗ ਬਹਾਦਰ ਨਗਰ ਲੁਧਿਆਣੇ ਦਾ ਜੀ। ਇਹ ਤਿੰਨ ਬੰਦੇ ਹੈਗੇ ਨੇ, ਦੋ ਬਾਈ ਨੇ ਵਾ, ਇੱਕ ਅਨਨੋਨ ਹੈ, ਇੱਕ ਜ਼ਖਮੀ ਹੈ ਜੀ, ਉਹਦਾ ਨਾਂ ਗੋਲੀ ਹੈ ਜੀ। ਇੱਕ ਆਦਮੀ ਜ਼ਖਮੀ ਹੈ, ਇੱਕ ਹਸਪਤਾਲ ਨਹੀਂ। ਇਹ ਜਨਮਦਿਨ ਦੀ ਪਾਰਟੀ ਸੀ, ਇਹ ਮਤਲਬ ਮ੍ਰਿਤਕ ਹੈ ਨਾ ਡਿਸੀਜ਼, ਇਹਦਾ ਦੋਸਤ ਆ ਪਰਮਿੰਦਰ, ਉਹਦੀ ਜਨਮਦਿਨ ਦੀ ਪਾਰਟੀ ਸੈਲੀਬ੍ਰੇਟ ਹੋ ਰਹੀ। ਨਹੀਂ ਇਹ ਯਾਰ ਦੋਸਤ ਨਹੀਂ, ਇਹ ਜਿਹੜੇ ਥਰਡ ਪਾਰਟੀ ਆ ਕੋਈ ਆਪਸ ਵਿੱਚ ਲੜੇ ਨੇ ਉੱਥੇ, ਉਹਨਾਂ ਨੂੰ ਛਡਾਉਣ ਗਿਆ, ਇਹ ਮਤਲਬ ਮਾਰਿਆ ਗਿਆ।